ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਡਲ ਟੀਵੀ, ਮੈਂ ਹਾਂ ਜਸੀ ਕੌਰ। ਹੁਣ ਨਿਊਜ਼ੀਲੈਂਡ ਦੇ ਵਿੱਚ ਪਬਲਿਕ ਟਰਾਂਸਪੋਰਟ 'ਤੇ ਜਾਣਾ ਵੀ ਇੱਕ ਡਰਾਵਣਾ ਸੁਪਨਾ ਹੋ ਸਕਦਾ ਹੈ, ਜਿੱਥੇ ਕਿ ਯਾਤਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਤਾਜ਼ਾ ਮਾਮਲਾ ਇੱਕ 32 ਸਾਲਾ ਯਾਤਰੀ ਦਾ, ਜੋ ਕਿ ਹਰ ਰੋਜ਼ ਪੁਕੀਕੋ ਹੀ ਆਪਣੇ ਘਰ ਤੋਂ ਨਿਊ ਮਾਰਕੀਟ ਆਪਣੇ ਕੰਮ ਦੇ ਲਈ ਜਾਂਦੀ ਹੈ। ਬੀਤੇ ਸ਼ਾਮ 5:20 ਦੇ ਕਰੀਬ ਜਦੋਂ ਉਹ ਕੰਮ ਖਤਮ ਕਰਕੇ ਨਿਊ ਮਾਰਕੀਟ ਤੋਂ ਸਦਰਨ ਲਾਈਨ ਦੇ ਵਿੱਚ ਆ ਰਹੀ ਸੀ ਤਾਂ ਉਸਦੇ ਨਾਲ ਇੱਕ ਹਾਦਸਾ ਵਾਪਰਿਆ। ਉਸਦੇ ਨਾਲ ਦੀ ਸੀਟ 'ਤੇ ਉਸਨੇ ਆਪਣਾ ਬੈਗ ਰੱਖਿਆ ਹੋਇਆ ਸੀ। ਇੱਕ ਮਹਿਲਾ ਇਸ ਦੇ ਵਿੱਚ ਚੜ੍ਹਦੀ ਹੈ ਅਤੇ ਇਸ ਦੀ ਸੀਟ 'ਤੇ ਆ ਕੇ ਬੈਗ ਦੇ ਉੱਤੇ ਬੈਠ ਜਾਂਦੀ ਹੈ। ਉਸਨੂੰ ਇਹ ਕਾਫ਼ੀ ਹੈਰਾਨੀਜਨਕ ਲੱਗਾ ਕਿ ਜ਼ਿਆਦਾਤਰ ਟ੍ਰੇਨ ਖਾਲੀ ਸੀ, ਉਹ ਮਹਿਲਾ ਖਾਸ ਕਰਕੇ ਉਸਦੇ ਕੋਲ ਆ ਕੇ ਹੀ ਕਿਉਂ ਬੈਠੀ। ਕੁਝ ਸਮੇਂ ਬਾਅਦ ਉਸਨੇ ਮਹਿਸੂਸ ਕੀਤਾ ਕਿ ਉਸਦੇ ਕੁਝ ਚੁੱਭ ਰਿਹਾ। ਜਦੋਂ ਉਸਨੇ ਦੇਖਿਆ ਤਾਂ ਦੂਜੀ ਮਹਿਲਾ ਦੇ ਕੋਲ ਇੱਕ ਚਾਕੂ ਸੀ ਜੋ ਉਸਦੇ ਜਾਨ ਬੁੱਝ ਕੇ ਚਬੋ ਰਹੀ ਸੀ। ਇਸ ਦਾ ਉਸਨੇ ਵਿਰੋਧ ਕੀਤਾ ਅਤੇ ਟ੍ਰੇਨ ਦੇ ਵਿੱਚ ਰੌਲਾ ਵੀ ਪਾਇਆ, ਪਰ ਟ੍ਰੇਨ ਮੈਨੇਜਰ ਦੇ ਵੱਲੋਂ ਕੁਝ ਖਾਸ ਇਸ ਦੇ ਉੱਤੇ ਸਟੈਪ ਨਹੀਂ ਲਏ ਗਏ। ਹਾਲਾਂਕਿ ਜਿਸ ਮਹਿਲਾ ਦੇ ਕੋਲ ਚਾਕੂ ਸੀ ਉਸਦੇ ਵੱਲੋਂ ਉਸਦੇ ਉੱਤੇ ਥੁੱਕਿਆ ਵੀ ਗਿਆ ਅਤੇ ਅਗਲੇ ਸਟੇਸ਼ਨ ਦੇ ਉੱਤੇ ਉਹ ਉਤਰ ਕੇ ਸ਼ਰੇਆਮ ਉਸਨੂੰ ਚਾਕੂ ਦਿਖਾਉਣ ਲੱਗੀ। ਇਹ ਸਭ ਤੋਂ ਬਾਅਦ ਇਹ ਯਾਤਰੀ ਮਹਿਲਾ ਕਾਫ਼ੀ ਜ਼ਿਆਦਾ ਪਰੇਸ਼ਾਨ ਅਤੇ ਮਾਨਸਿਕ ਤੌਰ ਦੇ ਉੱਤੇ ਕਾਫ਼ੀ ਅਪਸੈਟ ਦੇਖੀ ਗਈ। ਇਸ ਦੇ ਵੱਲੋਂ ਔਕਲੈਂਡ ਟਰਾਂਸਪੋਰਟ ਨੂੰ ਵੀ ਰਿਪੋਰਟ ਕੀਤੀ ਗਈ, ਪੁਲਿਸ ਨੂੰ ਵੀ ਰਿਪੋਰਟ ਕੀਤੀ ਗਈ। ਔਕਲੈਂਡ ਟਰਾਂਸਪੋਰਟ ਦੀ ਮੰਨੀਏ ਤਾਂ ਇੱਕ ਰਿਪੋਰਟ ਬੀਤੇ ਸ਼ਾਮ ਮਿਲੀ ਹੈ ਜਿਸ ਦੀ ਛਾਣਬੀਨ ਹਜੇ ਜਾ ਰਹੀ ਹੈ। ਪੁਲਿਸ ਦੇ ਮੁਤਾਬਿਕ ਪੈਨਰੋਜ਼ ਦੇ ਸਟੇਸ਼ਨ ਦੇ ਨਜ਼ਦੀਕ ਇਹ ਸਭ ਕੁਝ ਹੋਇਆ ਅਤੇ ਜਾਂਚ ਹਜੇ ਮੁੱਢਲੇ ਸਟੈਪਸ 'ਤੇ ਹੈ ਅਤੇ ਹੌਲੀ ਹੌਲੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਵਿਅਕਤੀ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਫਿਲਹਾਲ ਦੇਖਣ ਵਾਲਾ ਇਹ ਹੈ ਕਿ ਪਬਲਿਕ ਟਰਾਂਸਪੋਰਟ ਦੇ ਉੱਤੇ ਆਮ ਲੋਕਾਂ ਦਾ ਸਫ਼ਰ ਕਰਨਾ ਕਿੰਨਾ ਕੁ ਸੁਰੱਖਿਅਤ ਰਹਿ ਚੁੱਕਾ ਹੈ।